ਇਹ ਸੀਗਾ ਪਿੱਛੇ ਜਿਹੜਾ ਹੈਗਾ ਡਿਸਟ੍ਰਿਕਟ ਅਤੇ ਹੁੰਦਰ ਅਤੇ ਸਟੈਚੂ ਆਫ ਬੁੱਧਾ ਅਤੇ ਜਿਹੜਾ ਹੈਗਾ ਸਾਰਾ ਆਪਾਂ ਦੇਖ ਕੇ ਅਤੇ ਹੁਣ ਆਪਾਂ ਚੱਲ ਰਹੇ ਹਾਂ ਅੱਜ ਪੈਂਗੋਂਗ ਲੇਕ ਨੂੰ। ਪੈਂਗੋਂਗ ਲੇਕ ਹੈਗੀ ਇੱਥੋਂ 225 ਕਿਲੋਮੀਟਰ ਰਾਸਤੇ ਦੋ ਜਾਂਦੇ ਆ, ਇੱਕ ਖਾਰਦੂਮਰ ਵਾਲੀ ਸਾਈਡ ਉੱਧਰ ਦੀ ਵੀ ਜਾਂਦਾ ਹੈਗਾ, ਉਹ ਪਤਾ ਨਹੀਂ ਕਿੱਧਰ ਹੀ ਰਾਸਤਾ ਦਿਖਾ ਰਿਹਾ 150 ਕਿਲੋਮੀਟਰ, ਪਤਾ ਨਹੀਂ ਕਿਹੜਾ ਖਰਾ ਰਸਤਾ, ਅਤੇ ਗੂਗਲ ਮੈਪ ਦਿਖਾ ਰਿਹਾ 200 ਕਿਲੋਮੀਟਰ। ਅਤੇ ਆਪਾਂ ਗੂਗਲ 'ਤੇ ਜ਼ਿਆਦਾ ਭਰੋਸਾ ਕਰਾਂਗੇ ਨਾ ਕਿ ਮਹਿੰਦਰਾ 'ਤੇ। ਚੱਲਦੇ ਹਾਂ ਹੁਣ, ਪਹਿਲਾਂ ਜਿਹੜਾ ਹੈਗਾ ਇੱਕ ਤਾਂ ਤੇਲ ਪਵਾਈਏ ਇੱਥੇ, ਜਿਹੜਾ ਹੈਗਾ ਉਬਰਾ 'ਚ ਹੈਗਾ ਪੰਪ, ਅਤੇ ਇੱਕ ਏਅਰ ਘੱਟ ਹੈ, ਏਅਰ ਵੀ ਭਰੀਏ ਟਾਇਰ 'ਚ। ਹੈਗਾ ਇੱਕ ਪੈਟਰੋਲ ਪੰਪ, ਅਤੇ ਇਹਦੇ ਤੋਂ ਆਪਾਂ ਪਾਉਣੇ ਹੈਗੇ ਹਾਂ ਫਿਊਲ। ਰੇਂਜ ਤਾਂ ਹੈਗੀ ਆਪਣੇ ਕੋਲ 600 ਕਿਲੋਮੀਟਰ ਦੀ, ਫਿਰ ਵੀ ਜਿਹੜਾ ਹੈਗਾ ਆਪਾਂ ਟੈਂਕ ਫੁੱਲ ਕਰਾ ਹੀ ਲਈਏ ਜਿੰਨਾ ਵੀ 2000 ਦਾ ਆਏਗਾ। ਢੋਲੀ ਫਿਰਦੇ ਚੰਡੀਗੜ੍ਹ ਨੰਬਰ ਲੈਣ ਲੱਗੇ ਪਏ ਇੱਥੇ ਤਾਂ ਫਿਊਲ ਦੀ। ਚਲੋ ਕੋਈ ਨਹੀਂ, ਆਪਾਂ ਵੀ ਲਾਈਨ 'ਚ ਲੱਗ ਜਾਂਦੇ, ਲੱਗਣਾ ਹੀ ਪੈਣਾ। ਸਾਹਮਣੇ ਜਿਹੜੀ ਹੈਗੀ ਰੇਤ ਵਾਲਾ ਪਹਾੜ ਸੀ, ਅਤੇ ਰੇਤ ਅੱਗੇ ਆ ਗਈ ਅਤੇ ਸਾਰਾ ਟ੍ਰੈਫਿਕ ਗਿਆ ਖੜ, ਅਤੇ ਉਹ ਇੱਕ ਬੈਨ ਜੀ ਹੈ ਉਹ ਟੱਪ ਨਹੀਂ ਰਹੀ ਅਤੇ ਉਹ ਫਸ ਗਈ ਮਿੱਟੀ 'ਚ। ਹੁਣ ਦੇਖੋ ਕਿੰਨਾ ਟਾਈਮ ਲੱਗਦਾ। ਆਹ ਸਾਈਡ 'ਤੇ ਵਿਊ ਬਹੁਤ ਸੋਹਣੇ ਆ, ਬੱਦਲ ਬਹੁਤ ਸੋਹਣਾ, ਸਾਈਡ 'ਤੇ ਖਾਈ ਹੈ ਬਹੁਤ ਸੋਹਣੀ ਹੈ, ਨਾਈਸ ਨਾਈਸ ਵਿੱਚ ਗ੍ਰੀਨ ਗ੍ਰੀਨ ਪਾਣੀ ਆ, ਪਾਣੀ ਬਹੁਤ ਸਾਫ਼ ਹੈ, ਬਹੁਤ ਸਾਫ਼ ਪਾਣੀ ਹੈ, ਬਹੁਤ ਸੁੰਦਰ ਲੱਗ ਰਿਹਾ ਹੈ, ਬਹੁਤ ਵਧੀਆ। ਇਹ ਥੋੜ੍ਹੀ ਜਿਹੀ ਸੈਂਡ ਸਲਾਈਡ ਹੋ ਗਈ ਸੀਗੀ, ਉਹਦੇ ਕਰਕੇ ਬਸ ਇੰਨੀ ਕੁ 'ਚ ਗੱਡੀ ਫਸ ਗਈ, ਆਈ ਇੰਨੀ ਮਿੱਟੀ ਜੀ, ਕਿਉਂ ਨਿਕਲ ਗਈ ਹੁਣ ਤਾਂ ਖੈਰ ਪਤਾ ਨਹੀਂ ਕਿਉਂ। ਉਹ ਬੈਨ ਜੀ ਜਿਹੜੀ ਮਰੂਤੀ ਦੀ, ਉਹ ਬੈਨ ਜੀ ਨਹੀਂ ਹੋਣੀ ਹੁੰਦੀ ਉਹ ਵਾਲੀ ਸੀ। ਪੈਂਗੋਂਗ ਲੇਕ ਨੂੰ ਜਾਂਦੇ ਹਾਂ, ਰਸਤਾ ਆਹਦਾ ਜਮਾਂ ਹੀ ਛੋਟਾ ਜਿਹਾ, ਛੋਟਾ ਜਿਹਾ ਰਸਤਾ, ਕੋਈ ਬੜਾ ਵੱਡਾ ਰਸਤਾ ਨਹੀਂ ਹੈਗਾ, ਵਨ ਵਹੀਕਲ ਦਾ ਹੀ ਹੈਗਾ, ਜਸਟ ਪਾਸਿਸ ਬਣੇ ਹੋਏ ਆ, ਹੋਰ ਕੁਛ ਨਹੀਂ, ਪਰ ਵਿਊ ਅਤੇ ਰੋਡ ਬਹੁਤ ਵਧੀਆ ਬਣਾਇਆ ਹੋਇਆ, ਰੋਡ ਬਣਾਇਆ ਬੰਦੇ ਨੇ, ਵਿਊ ਬਣਾਇਆ ਨੇਚਰ ਨੇ, ਠੀਕ ਹੈ। ਮੁੜੇ ਜਿਹੜੇ ਹੈਗਾ ਤੇਜ਼ ਪੱਥਰ ਦੇ ਪਹਾੜ ਆ, ਇਹ ਖੁਰਦ ਦੇ ਪੱਥਰ ਜਿਹੜੇ ਹੁੰਦੇ ਜਿਹੜੇ ਸਖ਼ਤ ਜੇ, ਉਹਨਾਂ ਦੀ ਅਗਮ ਹੈਗਾ ਇੱਥੋਂ 21 ਕਿਲੋਮੀਟਰ। ਅਗਮ ਤਾਂ ਮੇਰੀ ਭੂਆ ਦਾ ਮੁੰਡਾ, ਉਹ ਤਾਂ ਹੁਣ ਬਾਹਲੀ ਦੂਰ ਬੈਠਾ, 21 ਕਿਲੋਮੀਟਰ ਹੈਗਾ।
ਆਹ ਦੇਖੋ ਜਿਹੜੇ ਸਾਈਡ ਤੁਸੀਂ ਪਹਾੜ ਦੇਖ ਰਹੇ ਹੋ ਜਮਾਂ ਹੀ ਜਿਹੜੇ ਹੈਗੇ ਆਹ ਤਾਂ ਦਲਈ ਆ ਬਾਈ ਨੂੰ ਪਤਾ ਕਦੋਂ ਹੀ ਰੁੜ ਜਾਣ ਮੀਮੂ ਆਇਆ ਤਾਂ ਸਮਝ ਲਓ ਇਹ ਗਏ ਅਤੇ ਰਾਈਟ ਹੈਂਡ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਘਾਹ ਘੂ ਜਾਂ ਦਰਖਤ ਜੇ ਹੋਏ ਵੀ ਹਰੇਲੀ ਹਰੂਲੀ ਕਿਉਂਕਿ ਦਰਿਆ ਜਾਂਦਾ ਪਾਣੀ ਹੈ ਤਾਂ ਜਿਹੜਾ ਹੈਗਾ ਇੱਥੇ ਥੋੜ੍ਹੀ ਜਿਹੀ ਹਰਿਆਲੀ ਹੋ ਗਈ ਹੈ ਆਇਰਨ ਬ੍ਰਿਜ ਹੁਣ ਇਦੋਂ ਬਾਅਦ ਜਿੰਨੇ ਬ੍ਰਿਜ ਹੋਣਗੇ ਸਾਰੇ ਜਿਹੜੇ ਹੈਗੇ ਆ ਲੋਹੇ ਵਾਲੇ ਬ੍ਰਿਜ ਹੀ ਹੋਣਗੇ ਕੋਈ ਛੋਟੇ ਕੋਈ ਵੱਡੇ ਅਤੇ ਆਹ ਇੱਥੇ ਇੱਕ ਰਸਤਾ ਰਸਤਾ ਬਹੁਤ ਸੋਹਣਾ ਰਸਤਾ ਆਸੇ ਪਾਸੇ ਜਿਹੜੇ ਹੈਗੇ ਆ ਬੂਟੇ ਜਿਹੇ ਹੋਏ ਹੋਏ ਆ ਇਹ ਵਿਚਾਲੇ ਦੀ ਰਾਹ ਜਾਂਦਾ ਅੱਗੇ ਆਊਗਾ ਬਹੁਤ ਸੋਹਣਾ ਲੱਗਦਾ ਇੰਸਟਾਗ੍ਰਾਮ 'ਤੇ ਮੇਰੀ ਫੋਟੋ ਵੀ ਪਾਈ ਹੋਈ ਹੈ ਇਹ ਵਿਚਾਲੇ ਖੜੀ ਗੱਡੀ ਆਸੇ ਪਾਸੇ ਜਿਹੜਾ ਹੈਗਾ ਘਾਹ ਜਿਹਾ ਬਹੁਤ ਸੋਹਣਾ ਵਿਊ ਆ ਸੀਗਾ ਇੱਥੇ ਵਾਟਰ ਕਰੋਸਿੰਗ ਵੀ ਆ ਗਈ ਤੇਰਾ ਫੋਨ ਨਹੀਂ ਉਹ ਟ੍ਰਾਈਪੋਡ 'ਚ ਅਗਮ 19 ਕਿਲੋਮੀਟਰ ਸ਼ਕਤੀ ਹੈ 81 ਕਿਲੋਮੀਟਰ ਜਿਹੜਾ ਹੈਗਾ ਬਹੁਤ ਸੋਹਣਾ ਰਾਹ ਹੈ ਅਤੇ ਉਹ ਤੁਸੀਂ ਜਿਹੜਾ ਹੈਗਾ ਫਰੰਟ ਕੈਮਰੇ ਤੋਂ ਦੇਖ ਹੀ ਲਓਗੇ ਉਹ ਆਪਾਂ ਤੁਹਾਨੂੰ ਪਾ ਦਾਂਗੇ ਜਿਹੜੀ ਹੈਗੀ ਵੀਡੀਓ 'ਚ ਅਤੇ 122 ਕਿਲੋਮੀਟਰ ਜਿਹੜਾ ਹੈਗਾ ਇੱਥੋਂ ਰਹਿੰਦਾ ਹੈਗਾ ਪੈਂਗੋਂਗ ਲੇਕ ਜਿਹੜੀ ਰਹਿੰਦੀ ਆ ਅਤੇ ਬਸ ਪਹੁੰਚ ਜਾਂਗੇ ਟਾਈਮ ਨਾਲ ਹੀ ਅੱਜ ਅਤੇ ਰੂਮ ਨੂੰ ਲੈ ਕੇ ਥੋੜ੍ਹਾ ਜਿਹਾ ਇਸ਼ੂ ਆਊਗਾ ਦੇਖੋ ਜੇ ਮਿਲ ਜੇ ਤਾਂ ਲਾਸਟ ਟਾਈਮ ਜਿੱਥੇ ਰੁਕੇ ਸੀ ਉਹ ਹੀ ਮਿਲ ਜੇ ਤਾਂ ਵੈਲਿਆਂ ਨੂੰ ਕੁੱਟ ਬਾਕੀ ਆ ਜਿਹੜਾ ਹੈਗਾ ਸਾਰੇ ਵਿਊ ਆ ਜਾਂਦੇ ਆ ਤੁਸੀਂ ਦੇਖ ਹੀ ਲਓਗੇ ਭਗਵਾਨ ਥੋੜ੍ਹਾ ਜਿਹਾ ਖਤਰਨਾਕ ਰਾਹ ਇੱਥੇ ਕਿਉਂਕਿ ਨਾਲ ਜਿਹੜੀ ਹੈਗੇ ਆ ਪਹਾੜ ਹੈਗੇ ਅਤੇ ਪਹਾੜਾਂ ਜਿਹੜੇ ਹੈਗੇ ਕੱਚੇ ਜਿਹੇ ਪਹਾੜ ਹੈਗੇ ਮਤਲਬ ਪੱਥਰ ਜਿਹਾ ਨਾ ਇਹਨਾਂ ਤੋਂ ਜਿਹੜਾ ਹੈਗਾ ਡਿੱਗਦਾ ਹੀ ਰਹਿੰਦਾ ਹੈਗਾ ਅਤੇ ਬਾਕੀ ਇੱਕ ਹੈਪੀ ਡੇ ਆਹ ਦੇਖੋ ਤੁਸੀਂ ਇੱਕ ਕਾਰ ਇੱਕ ਟਾਈਮ 'ਤੇ ਇੱਕ ਕਾਰ ਹੀ ਵਹੀਕਲ ਜਿਹੜਾ ਹੈਗਾ ਉਹ ਟੱਪੂਗਾ ਸੈਕਿੰਡ ਏਟ ਆਪਣਾ
ਅੱਛਾ ਨੈਟਵਰਕ ਗਿਆ ਗੂਗਲ ਮੈਪ ਖੜ ਗਿਆ ਮੈਂ ਕਿਹਾ ਪਤਾ ਨਹੀਂ ਬਹੁਤ ਸੋਹਣਾ ਰਾਹ ਹੈ ਅਤੇ ਉਹ ਤੁਸੀਂ ਜਿਹੜਾ ਹੈਗਾ ਫਰੰਟ ਕੈਮਰੇ 'ਤੇ ਦੇਖ ਹੀ ਲਉਂਗੇ ਉਹ ਆਪਾਂ ਤੁਹਾਨੂੰ ਪਾ ਦਾਂਗੇ ਜਿਹੜੀ ਹੈਗੀ ਵੀਡੀਓ 'ਚ ਅਤੇ 122 ਕਿਲੋਮੀਟਰ ਜਿਹੜਾ ਹੈਗਾ ਇੱਥੋਂ ਰਹਿੰਦਾ ਹੈਗਾ ਪੈਂਗੋਂਗ ਲੇਕ ਜਿਹੜੀ ਰਹਿੰਦੀ ਹੈ ਅਤੇ ਬਸ ਪਹੁੰਚ ਜਾਂਗੇ ਟਾਈਮ ਨਾਲ ਹੀ ਅੱਜ ਅਤੇ ਰੂਮ ਨੂੰ ਲੈ ਕੇ ਥੋੜ੍ਹਾ ਜਿਹਾ ਇਸ਼ੂ ਆਊਗਾ ਦੇਖੋ ਜੇ ਮਿਲ ਜੇ ਤਾਂ ਲਾਸਟ ਟਾਈਮ ਇੱਥੇ ਰੁਕੇ ਸੀ ਉਹ ਮਿਲ ਜੇ ਤਾਂ ਵੈਲ ਐਂਡ ਗੁੱਡ ਆ ਅਤੇ ਬਾਕੀ ਆ ਜਿਹੜਾ ਹੈਗਾ ਸਾਰੇ ਵਿਊ ਆ ਜਾਂਦੇ ਆ ਭਰ ਲਈ ਚੀਜ਼ ਕੰਮ ਆ ਹੀ ਜਾਂਦੀ ਹੈ ਨਾਲ ਲਿੱਤੀ ਹੋਈ ਅਤੇ ਮੀਂਹ ਵੀ ਆ ਗਿਆ ਹਲਕੇ ਹਲਕੇ ਕਣੀਆਂ ਆ ਰਹੀਆਂ ਅਤੇ ਰੋਡ ਜਿਹੜਾ ਹੈਗਾ ਸਿੱਧਾ ਜਿਹੜਾ ਹੈਗਾ ਸਾਰਾ ਇਹ ਜਿਹੜਾ ਹੈਗਾ ਫਲੈਟ ਰੋਡ ਹੀ ਆ ਅਤੇ ਇਸ ਤੋਂ ਬਾਅਦ ਬਸ ਚੱਲਦੇ ਹਾਂ ਹਵਾ ਜਿਹੜੀ ਹੈਗੀ ਆਪਾਂ ਭਰ ਲਈ ਸੀ ਅਤੇ ਹੁਣ ਆਪਾਂ ਸਿੱਧਾ ਜਾਣਾ ਇੱਧਰ ਸਿੱਧਾ ਲੈਟਸ ਗੋ ਬੱਦਲ ਬਹੁਤ ਕਲੀਅਰ ਆ ਬੱਦਲ ਬਹੁਤ ਜ਼ਿਆਦਾ ਹੀ ਕੁਛ ਜਿਹੜੇ ਹੈਗੇ ਕਲੀਅਰ ਬੱਦਲ ਆ ਇੱਥੇ ਅਤੇ ਹੁਣ ਆਪਾਂ ਚੱਲੀਏ ਬਸ ਇੱਥੇ ਰੁਕੇ ਸੀਗੇ 10 ਕੁ ਮਿੰਟ ਜਿਹੜਾ ਹੈਗਾ ਵੀਡੀਓਜ਼ ਵਗੈਰਾ ਅਤੇ ਫੋਟੋਜ਼ ਵਗੈਰਾ ਬਣਾਉਣ ਲਈ ਅਤੇ ਫੋਟੋਜ਼ ਹੋ ਗਈਆਂ ਕਲਿੱਕ 10-15 ਮਿੰਟ ਹੋ ਗਏ ਇੱਥੇ ਅਤੇ ਟਾਈਮ ਹੋ ਗਿਆ 11:30 ਟਾਈਮ ਕਾਫੀ ਹੋ ਗਿਆ ਹੁਣ ਚੱਲੀਏ ਵਿਊ ਬਹੁਤ ਸੋਹਣੇ ਆ ਜਿਹੜੀ ਹੈਗੀ ਨੇ ਸਾਰਾ ਜਿਹੜਾ ਹੈਗਾ ਰੋਡ ਤੁਸੀਂ ਦੇਖੋਗੇ ਜਿਹੜਾ ਹੈਗਾ ਸਾਰਾ ਸਟਰੀਟ ਰੋਡ ਆ ਬਿਲਕੁਲ ਸਟਰੀਟ ਰੋਡ ਅਤੇ ਜਿਹੜਾ ਹੈਗਾ ਇੱਧਰੋਂ ਬਿਲਕੁਲ ਸਟਰੀਟ ਹੋ ਗਿਆ ਅਤੇ ਆਹ ਕੁਛ ਪਾਸਿਸ ਬਣੇ ਹੁੰਦੇ ਇੱਥੇ ਵੈਸੇ ਗੱਡੀ ਵਗੈਰਾ ਨੂੰ ਪਾਸ ਕਰਨ ਵਾਸਤੇ ਹੁੰਦੇ ਚਲੋ ਆਪਾਂ ਹੋਰ ਵੀ ਗੱਲ ਯੂਜ਼ ਕਰ ਲਏ ਸਾਰੀ ਕਰਦੇ ਅਤੇ ਵੈਦਰ ਬਹੁਤ ਕਲੀਨ ਵੈਦਰ ਆ ਜਮ੍ਹਾਂ ਮਤਲਬ ਜਿਹੜੇ ਹੈਗੇ ਨਾ ਵਾਈਟ ਵਾਈਟ ਪ੍ਰੋਪਰ ਅਤੇ ਜਿਹੜੇ ਹੈਗੇ ਬਲਿਊ ਵਾਲੇ ਜਿਹੜੇ ਹੈਗੇ ਉਹ ਪ੍ਰੋਪਰ ਜਿਹੜੇ ਹੈਗੇ ਬਲਿਊ ਵਾਲੇ ਹੈਗੇ ਆ ਅਤੇ ਲੇਹ ਇੱਥੋਂ ਸੋਰੀ ਪੈਂਗੋਂਗ ਲੇਕ ਇੱਥੋਂ ਹੈਗੀ 120 ਕਿਲੋਮੀਟਰ ਅਤੇ ਹੁਣ ਆਪਾਂ ਚੱਲੀਏ ਟਾਈਮ ਨਾ ਜ਼ਿਆਦਾ ਲਾਈਏ ਕਾਫੀ ਟਾਈਮ ਇੱਥੇ ਜਿਹੜਾ ਹੈਗਾ ਆਪਾਂ ਪਰਸਨਲ ਵਹੀਕਲ ਹੈ ਨਹੀਂ ਕਿਸੇ ਦੇ ਕੋਈ ਖਾਸ ਬਸ ਜਿਹੜੇ ਹੈਗੇ ਆ 2-ਵੀਲਰ ਹੀ ਚੱਲ ਰਹੇ ਆ ਸੋਰੀ ਟੈਕਸੀਆਂ ਜਿਹੜੀਆਂ ਹੈਗੀਆਂ ਜ਼ਿਆਦਾ ਚੱਲ ਰਹੀਆਂ ਇਸ ਤੋਂ ਇਲਾਵਾ ਹੋਰ ਕੋਈ ਪਰਸਨਲ ਵਹੀਕਲ ਨਹੀਂ ਲੱਗਿਆ ਆ ਨਹੀਂ ਰਹੇ ਟੂਰਿਸਟ ਵੀ
ਜਿਹੜੇ ਹੈਗੇ ਆ ਸੋਹਣੇ ਵਿਊ ਆ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਹੈਗੇ ਵਿਊ ਆ ਅਤੇ ਹਵਾ ਜਿਹੜੀ ਹੈਗੀ ਆ ਹਵਾ ਕਾਫੀ ਚੱਲਦੀ ਹੈ ਇੱਥੇ ਹਵਾ ਦਾ ਜਿਹੜਾ ਹੈਗਾ ਬੇਸਿਕਲੀ ਸਿਰ ਦੁਖਣ ਲਾ ਦਿੰਦੀ ਹੈ ਹੋਰ ਕੋਈ ਚੱਕਰ ਨਹੀਂ ਹੁੰਦਾ ਚਲੋ ਆਇਰਨ ਬ੍ਰਿਜ 90 ਕਿਲੋਮੀਟਰ ਹੈਗਾ ਇੱਥੋਂ ਪੈਂਗੋਂਗ ਲੇਕ ਅਤੇ ਆਹ ਸ਼ਾਇਦ ਇੱਕ ਚੈੱਕ ਪੋਸਟ ਆ ਆਰਮੀ ਦਾ ਪਿਛਲੇ ਵਾਰ ਇੱਥੋਂ ਮੈਗੀ ਖਾਧੀ ਸੀ ਮੁੰਡੇ ਨੇ ਆਰਮੀ ਵਾਲੀ ਸੀ ਬਹੁਤ ਸੋਹਣੀ ਮੈਗੀ ਬਣਾਈ ਬਹੁਤ ਵਧੀਆ ਮੈਗੀ ਬਣਾਈ ਸੀ ਸਵਾਦ ਕਹਿਣ ਦਾ ਇੱਥੇ ਕਰਨਾ ਹੁੰਦਾ ਕੁਛ ਆਹ ਰੋਡ ਹਲੇ ਬਣ ਰਿਹਾ ਪਿਛਲੇ ਵਾਰੀ ਵੀ ਬਣਿਆ ਹੋਇਆ ਸੀਗਾ ਰੋਡ ਇਹ ਪਰ ਵਿੱਚੋਂ ਵਿੱਚੋਂ ਸੀ ਇਸ ਵਾਰ ਤਾਂ ਇਹਨਾਂ ਨੇ ਮਤਲਬ ਜਿਹੜਾ ਬਣਿਆ ਹੋਇਆ ਸੀ ਉਹ ਵੀ ਚੱਕ ਉੱਚਾ ਕਰ ਰਹੇ ਆ ਇਹ ਰੋਡ ਉੱਚਾ ਕਰ ਰਹੇ ਕਿਉਂਕਿ ਇੱਥੇ ਪਾਣੀ ਜਿਹੜਾ ਹੈਗਾ ਕਾਫੀ ਚੱਲਦਾ ਅਤੇ ਤਾਂ ਕਰਕੇ ਧੰਨ ਆ ਵੀ ਜਿਹੜੇ ਇੱਥੇ ਜਿਹੜੇ ਕੰਮ ਕਰਦੇ ਆ ਬਹੁਤ ਔਖਾ ਕੰਮ ਆ ਇੱਥੇ ਬੀ ਆਰ ਓ ਜਿਹੜਾ ਹੈਗਾ 24 ਆਵਰ ਜਿਹੜਾ ਹੈਗਾ ਕਿਤੇ ਨਾ ਕਿਤੇ ਕੰਮ ਕਰਦੀ ਹੀ ਰਹਿੰਦੀ ਹੈ ਅਤੇ ਥੋੜ੍ਹੀ ਜਿਹੀ ਵੇਟ ਕਰਦੇ ਹਾਂ ਵਿਊ ਬਹੁਤ ਸੋਹਣੇ ਆ ਵਿਚਾਲ ਦੀ ਜਮਾਂ ਪਲੇਨ ਏਰੀਆ ਸਾਈਡਾਂ 'ਤੇ ਜਿਹੜੇ ਹੈਗੇ ਆ ਪਹਾੜ ਅਤੇ ਪਹਾੜ ਵੀ ਐਂ ਲਾ ਲਓ ਵੀ ਇੱਕ ਤਰ੍ਹਾਂ ਦੀ ਨਹੀਂ ਆ ਇੰਨੇ ਕੁ ਏਰੀਏ 'ਚ ਹੀ ਇੰਨੇ ਕੁ ਏਰੀਏ 4 ਤਰ੍ਹਾਂ ਦੇ ਪਹਾੜ ਦਿਖ ਰਹੇ ਇੱਕ ਜਿਹੜੇ ਹੈਗੇ ਮਿੱਟੀ ਵਾਲੇ ਹੋ ਗਏ ਇੱਕ ਪੱਥਰ ਪਲੱਸ ਮਿੱਟੀ ਵਾਲੇ ਹੋ ਗਏ ਇੱਕ ਬਰਫ਼ ਵਾਲੇ ਹੋ ਗਏ ਇੱਕ ਬਲੈਕ ਹੋ ਗਏ ਕਾਫੀ ਤਰ੍ਹਾਂ ਦੇ ਪਹਾੜ ਆ ਜਿਹੜੇ ਹੈਗੇ ਪੱਥਰ ਹੋਰ ਹਿਸਾਬ ਦੇ ਪੱਥਰ ਹੈ ਪ੍ਰੋਪਰ ਪੱਥਰ ਕਹਿ ਦਿੰਦੇ ਇਹਨਾਂ ਨੂੰ ਆਪਾਂ ਅਤੇ ਛੋਟਾ ਜਿਹਾ ਰਾਹ ਜਾਂਦਾ ਇੱਥੋਂ ਦੇ ਵਿਚਕਾਰ ਦੀ ਇਹਨਾਂ ਦੇ ਅਤੇ ਸਾਈਡ 'ਤੇ ਜਿਹੜਾ ਹੈਗਾ ਇੱਕ ਛੋਟਾ ਜਿਹਾ ਦਰਿਆ ਜਾਂਦਾ ਜਿਹਦਾ ਕਿ ਪਾਣੀ ਚੁੰਮੀ ਹਰਾ ਪਾਣੀ ਕਹਿ ਸਕਦੇ ਆਪਾਂ ਸਾਹਮਣੇ ਦਿਖੀ ਰਿਹਾ ਹੋਊਗਾ ਤੁਹਾਨੂੰ ਬਿਲਕੁਲ ਹਰਾ ਪਾਣੀ ਆਹ ਰੋਡ ਜਮੇ ਸੁਨਸਾਨ ਜਿਹਾ ਰੋਡ ਹੁੰਦਾ ਇਹਦੇ 'ਤੇ ਕੁਛ ਖਾਸ ਟ੍ਰੈਫਿਕ ਨਹੀਂ ਹੁੰਦਾ ਮਾੜੇ ਮੋਟੇ ਇੱਕ ਦੋ ਜਿਹੜੀਆਂ ਹੈਗੀਆਂ ਟੈਕਸੀ ਵਗੈਰਾ ਜਿਹੜੀਆਂ ਹੈਗੀਆਂ ਚੱਲਦੀਆਂ ਅਤੇ ਵਿਊ ਵਧੀਆ ਹੁੰਦੇ ਆ ਜੀ ਵਿਊ ਤਾਂ ਖੈਰ ਸਾਰੇ ਲੱਦਾਖ ਦੇ ਬਹੁਤ ਵਧੀਆ ਵਿਊ ਹੁੰਦੇ ਆ ਮਾੜਾ ਤਾਂ ਕੋਈ ਵੀ ਨਹੀਂ ਆਹ ਸਾਈਡ 'ਤੇ ਪਾਣੀ ਦੇ ਜਿਹੜਾ ਹੈਗਾ ਇੰਨਾ ਕੁ ਏਰੀਆ ਬਹੁਤ ਸੋਹਣਾ ਹੈ ਇਹਦਾ ਇਹ ਅਤੇ ਜੋ ਪੈਂਗੋਂਗ ਲੇਕ ਨੂੰ ਆਪਾਂ ਜਾਂਦੇ ਹਾਂ ਤਾਂ ਆਸੇ ਪਾਸੇ ਜਿਹੜੇ ਹੈਗੇ ਪ੍ਰੋਪਰ ਜਿਹੜੇ ਹੈਗੇ ਆ ਮੋਟੇ ਜਿਹੜੇ ਹੈਗੇ ਪੱਥਰ ਦੇ ਪਹਾੜ ਆ ਅਤੇ ਆਹ ਦੇਖੋ ਸਾਈਡ 'ਤੇ ਵੀ ਜਿਹੜਾ ਹੈਗਾ ਸਾਰਾ ਪੱਥਰ ਵਗੈਰਾ ਜਿਹੜਾ ਹੈਗਾ ਪਿਆ ਅਤੇ ਵਿਚਕਾਰ ਜਿਹੜਾ ਹੈਗਾ ਰੋਡ ਜਾਂਦਾ ਅਤੇ ਇਹ ਇੱਕ ਖਾਸੀਅਤ ਹੈ ਲੇਹ ਦੀ ਇੱਥੇ ਤੁਹਾਨੂੰ ਹਰ ਇੱਕ ਚੀਜ਼ ਦੇਖਣ ਨੂੰ ਮਿਲੂਗੀ ਐਂ ਨਹੀਂ ਵੀ ਤੁਹਾਨੂੰ ਜਿਹੜਾ ਹੈਗਾ ਜਿਵੇਂ ਹਿਮਾਚਲ 'ਚ ਹੁੰਦਾ ਇਕੱਲੀ ਖਾਈ ਦੇਖਣ ਨੂੰ ਮਿਲਦੀ ਆ ਇੱਥੇ ਤੁਹਾਨੂੰ ਜਿਹੜਾ ਹੈਗਾ ਪਲੇਨ ਰਸਤਾ ਵੀ ਹੋ ਗਿਆ ਜਾਂ ਦਰਿਆ ਵੀ ਹੋ ਗਿਆ ਪਲੱਸ ਜਿਹੜੇ ਹੈਗੇ ਉੱਚੀਆਂ ਉੱਚੀਆਂ ਪਹਾੜੀਆਂ ਕਲਰਫੁੱਲ ਪਹਾੜ ਹੋ ਗਏ ਅਤੇ ਰੋਡ ਵੀ ਆਇਆ ਮਤਲਬ ਬਹੁਤ ਵਧੀਆ ਬਣਾਏ ਹੋਏ ਆ ਬੀ ਆਰ ਓ ਨੇ ਅਤੇ ਆਹ ਦੇਖੋ ਹੁਣ ਸਾਹਮਣੇ ਜਿਹੜਾ ਹੈਗਾ ਦੋਨੇ ਪਾਸੇ ਪਹਾੜ ਆ ਇੱਕ ਦਰਿਆ ਜਾ ਰਿਹਾ ਉਹ ਵੀ ਹਰੇ ਪਾਣੀ ਦਾ ਜਮਾਂ ਮਤਲਬ ਇੰਨਾ ਪਿਓਰ ਪਾਣੀ ਆ
ਆਰੋ ਵੀ ਨਹੀਂ ਕਰ ਸਕਦਾ ਇੰਨਾ ਫਿਰ ਪਰ ਤੇ ਬੜੇ ਲੈ ਕੇ ਚੱਲ ਰਹੀ ਗਲੇ ਜਾਂ ਬਸ ਨਹੀਂ ਬਹੁਤ ਸਾਫ ਪਾਣੀ ਹੁੰਦਾ ਬਹੁਤ ਸਾਫ ਪਾਣੀ ਤੇ ਥੱਲੇ ਜਾਂਦਾ ਜਾਂਦਾ ਖੈਰ ਗੰਦਾ ਹੋ ਜਾਂਦਾ ਇਹ ਬਟ ਇੱਥੇ ਤਾਂ ਬਹੁਤ ਸਾਫ ਤੇ ਆਹ ਦੇਖੋ ਸਾਹਮਣੇ ਦਾ ਵਿਊ ਦੇਖੋ ਐਡੇ ਮੋਟੇ ਮੋਟੇ ਪੱਥਰ ਪਏ ਆ ਇੱਕ ਅੱਧਾ ਚੱਕ ਕੇ ਲੈ ਜਾ ਕਦੇ ਵੀ ਤੁਸੀਂ ਘੁੰਮਣ ਆਉਣਾ ਸ਼ੋਪਿੰਗ ਨਹੀਂ ਤੁਸੀਂ ਘੁੰਮਣ ਆਏ ਹੋ ਤਾਂ ਤੁਸੀਂ ਘੁੰਮਣ ਆਏ ਹੋ ਮਤਲਬ ਦੇਖੋ ਤੁਸੀਂ ਕੋਈ ਜਿਹੜੀ ਚੀਜ਼ ਦੇਖਣ ਆਏ ਹੋ ਰੋਡ ਨੂੰ ਇੰਜੋਏ ਕਰੋ ਜਰਨੀ ਨੂੰ ਇੰਜੋਏ ਕਰੋ ਹੈ ਨਾ ਆਪਦੀ ਅੱਖਾਂ ਨਾਲ ਤੁਸੀਂ ਦੇਖ ਲਿਆ ਵਧੀਆ ਚੀਜ਼ ਆ ਬਸ ਸ਼ੋਪਿੰਗ ਦਾ ਕੀ ਹੁੰਦਾ ਉਹੀ ਚੀਜ਼ ਤੁਹਾਨੂੰ ਇੱਥੇ ਮਿਲੂਗੀ ਬਸ ਇੱਥੇ ਐਂ ਲਾ ਲਓ ਵੀ ਜੇ ਜਿਹੜੀ ਚੀਜ਼ ਇੱਥੇ 500 ਦੀ ਆ ਮਤਲਬ ਜਿਹੜੀ ਚੀਜ਼ ਆਪਣੇ ਸੋਰੀ 500 ਦੀ ਹੁੰਦੀ ਆ ਉਹ ਇੱਥੇ 5000 ਦੀ ਹੈ ਹੈ ਨਾ ਤਾਂ ਉਹਦਾ ਕੋਈ ਫਾਇਦਾ ਹੀ ਨਹੀਂ ਹਰੇਕ ਚੀਜ਼ ਇੱਥੇ ਮਿਲਦੀ ਉੱਥੇ ਹਾਂ ਜੇ ਕਿਸੇ ਕਿਤੇ ਕੋਈ ਸਪੈਸ਼ਲ ਕੋਈ ਚੀਜ਼ ਆਉਂਦੀ ਆ ਮਤਲਬ ਪਰਟੀਕੁਲਰ ਇੱਕ ਜਗ੍ਹਾ ਦੀ ਤਾਂ ਉਹ ਤੁਸੀਂ ਦੇਖ ਸਕਦੇ ਹੋ ਲੈਣ ਬਾਰੇ ਸੋਚ ਸਕਦੇ ਹੋ ਅਦਰਵਾਈਜ਼ ਨਹੀਂ ਆਪਣਾ ਆਪਣਾ ਨਜ਼ਰੀਆ ਹੁੰਦਾ ਆਪਣਾ ਨਜ਼ਰੀਆ ਹੋਰ ਆ ਲੋਕਾਂ ਦਾ ਹੋਰ ਆ ਸਭ ਦਾ ਵਧੀਆ ਆਪਦੇ ਆਪ ਦੀ ਜਗ੍ਹਾ 'ਤੇ ਚਲੋ ਆਹ ਵਿਊ ਬਹੁਤ ਸੋਹਣੇ ਵਿਊ ਆ ਕਿਆ ਇੱਧਰ ਲੇਹ ਦੇ ਪਹਾੜ ਜਿਹੜੇ ਹੈਗੇ ਇੱਦਾਂ ਦੇ ਪਹਾੜ ਹੁੰਦੇ ਆ ਵੀ ਇਹਨਾਂ ਕਹਿੰਦੇ ਜੀ ਤੁਸੀਂ ਇੱਕ ਵਾਰੀ ਦੇਖਣ ਲੱਗ ਜਾਓ ਤਾਂ ਤੁਹਾਡਾ ਐਂ ਜੀ ਕਰੂਗਾ ਵੀ ਇਹਨਾਂ ਕਹਿੰਦੇ ਆਪਾਂ ਦੇਖ ਹੀ ਜਾਈਏ ਮਤਲਬ ਤੁਸੀਂ ਬੋਰ ਨਹੀਂ ਹੋਊਗੇ ਹੈ ਨਾ ਜਿਵੇਂ ਹੋਰ ਕਿਤੇ ਜਗ੍ਹਾ 'ਤੇ ਆਪਾਂ ਬੰਦਾ ਬੋਰ ਹੋ ਜਾਂਦਾ ਨਾ ਇੱਥੇ ਤੁਸੀਂ ਬੋਰ ਨਹੀਂ ਹੋ ਉਲਟੀ ਜ਼ਰੂਰ ਹੋ ਜਾਊਗੀ ਬੋਰ ਨਹੀਂ ਹੁੰਦੀ ਸਟ੍ਰੀਮ ਲੈਵਲ ਦੀ ਜਿਹੜੀ ਹੈਗੀ ਆਫ ਰੋਡਿੰਗ ਹੋ ਗਈ ਇੱਥੇ ਕਿਉਂਕਿ ਇੱਥੇ ਪਾਣੀ ਜ਼ਿਆਦਾ ਆਉਂਦਾ ਉੱਪਰੋਂ ਤਾਂ ਕਰਕੇ ਇੱਥੇ ਜਿਹੜੇ ਹੈਗੇ ਰੋਡ ਖੜ੍ਹਦੇ ਨਹੀਂ ਅਤੇ ਨਾ ਹੀ ਇਹ ਹੁਣ ਪਾਉਂਦੇ ਆ ਬਸ ਆ ਪੱਥਰ ਜਿਹੇ ਆ ਪਿਛਲੇ 1.5 ਕਿਲੋਮੀਟਰ ਤੋਂ ਕਾਫੀ ਖਰਾਬ ਰਸਤਾ ਉਹ ਇੰਨਾ ਕੁ ਪੈਚ ਹੀ ਖਰਾਬ ਹੈ ਬਾਕੀ ਸਾਰਾ ਰੋਡ ਜਿਹੜਾ ਬਹੁਤ ਵਧੀਆ ਰੋਡ ਆ ਜਿਹੜੇ ਹੈਗੇ ਵੱਡੀ ਆਫ ਰੋਡਿੰਗ ਹੋ ਰਹੀ ਅੱਜ ਤਾਂ ਪੱਥਰ ਵਾਲੇ ਆ ਨਾ ਇੱਥੇ ਜਿਹੜੇ ਹੈਗਾ ਰੋਡ 'ਤੇ ਨਜਾਇਜ਼ ਹੀ ਪੱਥਰ ਨੇ ਅਤੇ ਪਾਣੀ ਆਉਂਦਾ ਕਿਉਂਕਿ ਤਾਂ ਤੋਂ ਪੱਥਰ ਵੀ ਨਾਲ ਆਉਂਦੇ ਆ ਅਤੇ ਰੋਡ ਬਣਦਾ ਨਹੀਂ ਪੈਚ ਥੋੜ੍ਹਾ ਹੀ ਬਟ ਹੈ ਬਹੁਤ ਔਖਾ ਪੈਚ ਛੋਟੀ ਗੱਡੀ ਲਈ ਤਾਂ ਜਿਹਦੀ ਗਰਾਊਂਡ ਕਲੀਅਰੈਂਸ ਘੱਟ ਆ ਬਹੁਤ ਟਫ ਹੈ
ਆਪਾਂ ਪਹੁੰਚ ਚੁੱਕੇ ਹਾਂ ਦੁਰਬਖ ਦੁਰਬਖ ਤੋਂ 40 ਕਿਲੋਮੀਟਰ ਹੋਰ ਜਿਹੜੀ ਹੈਗੀ ਅੱਗੇ ਜਾਣਾ ਆਪਾਂ ਪੈਰੋਂ ਲੇਕ ਅੱਜ ਜਿਹੜਾ ਸਫ਼ਰ ਆ ਉਹ ਆਪਾਂ ਕਰ ਦਈਏ ਡਨ ਇਹ ਸਾਰਾ ਆਰਮੀ ਦਾ ਇੱਥੇ ਸਾਰੀ ਜਿਹੜੀ ਹੈਗੀ ਆ ਜਿਹੜਾ ਪਿੱਛੇ ਚਾਈਨਾ ਤੋਂ ਜਿਹੜਾ ਹੈਗਾ ਲੜਾਈ ਹੋਈ ਸੀ ਉਸ ਤੋਂ ਬਾਅਦ ਜਿਹੜੇ ਹੈਗੇ ਆਰਮੀ ਦੇ ਕੈਂਪ ਕਾਫੀ ਆ ਚੁੱਕੇ ਆ ਇੱਥੇ ਆ ਚੁੱਕੇ ਆ ਅੱਗੇ ਆਉਣਗੇ ਆਰਮੀ ਦੇ ਕੈਂਪ ਕਾਫੀ ਮਤਲਬ ਆਰਮੀ ਵੀ ਆਉਂਦੀ ਇੱਥੇ ਜਿਹੜੀ ਹੈਗੀ ਆ ਸ਼ਿਫਟ ਹੋਈ ਵੀ ਹੈ ਲਾਸਟ ਈਅਰ ਬਹੁਤ ਸੀਗੀ ਐਤਕੀ ਥੋੜ੍ਹੀ ਜਿਹੀ ਘੱਟ ਦਿਖ ਰਹੀ ਹੈ ਬਟ ਲਾਸਟ ਈਅਰ ਤਾਂ ਬਹੁਤ ਸੀ ਸਾਰਾ ਜਿਹੜਾ ਰਾਈਟ ਹੈਂਡ ਸਾਈਡ 'ਤੇ ਸਾਰਾ ਆਰਮੀ ਦਾ ਕੈਂਪ ਬਹੁਤ ਵੱਡਾ ਕੈਂਪ ¶¶